ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ। ਪਿੱਛੇ ਪੰਜਾਬ ਵਾਸਤੇ ਇੱਕ ਬੜੀ ਲੰਬੀ ਲੜਾਈ ਲੜੀ ਹੈ ਜੀ, ਬਟ ਉਹ ਸਾਰਥਕ ਨਹੀਂ ਹੋ ਸਕੀ ਕਿਉਂਕਿ ਜਿਨ੍ਹਾਂ ਦੇ ਨਾਲ ਰਲ ਕੇ ਲੜਾਈ ਲੜ ਰਹੇ ਸੀ ਉਹਨਾਂ ਦੇ ਆਪਣੇ ਮਨਸੂਬੇ ਪੰਜਾਬ ਵਾਸਤੇ ਕੋਈ ਬਹੁਤੇ ਸਾਫ਼ ਬਹੁਤੇ ਪਾਕੀਜ਼ਾ ਨਹੀਂ ਸਨ। ਅਫਸੋਸ ਵੀ ਉਸ ਚੀਜ਼ ਦਾ, ਪਰ ਇਸ ਗੱਲ ਦਾ ਵੀ ਅਫਸੋਸ ਹੈ ਕਿ ਜਦੋਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਬੁਲੰਦ ਆਵਾਜ਼ ਦੇ ਨਾਲ ਗੱਲ ਕਰਨੀ ਚਾਹੁੰਦਾ, ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਚਾਹੁੰਦਾ, ਉਸ ਆਵਾਜ਼ ਨੂੰ ਦਬਾ ਦਿੱਤਾ ਜਾਂਦਾ, ਯਾਨੀ ਕਿ ਖਤਮ ਕਰ ਦਿੱਤਾ ਜਾਂਦਾ। ਔਰ ਇਹ ਇਤਿਹਾਸ ਦੇ ਵਿੱਚ ਤੁਸੀਂ ਪਿੱਛੇ ਫਰੋਲ ਕੇ ਦੇਖੋ, ਬਹੁਤ ਸਾਰੇ ਲੋਕਾਂ ਨਾਲ ਹੋਇਆ। ਪਰ ਅੱਜ ਅਫਸੋਸ ਹੈ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ, ਪੰਜਾਬ ਦਾ ਇੱਕ ਹਿਤੈਸ਼ੀ ਲੀਡਰ, ਜਦੋਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਤਾਂ ਪਾਰਟੀ ਨੂੰ ਉਹ ਵੀ ਵਾਰਾ ਨਹੀਂ ਖਾ ਰਿਹਾ। ਇਸ ਤੋਂ ਜ਼ਿਆਦਾ ਅਫਸੋਸ ਦੀ ਗੱਲ ਕੋਈ ਨਹੀਂ ਹੋ ਸਕਦੀ। ਆਓ ਉਸ ਇੱਕ ਪੰਜਾਬ ਦੇ ਹਿਤੈਸ਼ੀ ਲੀਡਰ ਵਾਸਤੇ ਹਾਂ ਦਾ ਨਾਰਾ ਮਾਰੀਏ। ਔਰ 2 ਤਰੀਕ ਨੂੰ ਉਹਨਾਂ ਨੇ ਇੱਕ ਬਠਿੰਡਾ ਦੇ ਵਿੱਚ ਕਨਵੈਨਸ਼ਨ ਰੱਖੀ ਹੈ, ਹਾਲਾਂਕਿ ਮੈਂ ਸ਼ਿਰਕਤ ਤਾਂ ਨਹੀਂ ਕਰ ਸਕਦਾ ਲੌਜੀਕਲੀ ਜਾਂ ਲੀਗਲੀ, ਪਰ ਮੈਂ ਚਾਹਾਂਗਾ ਕਿ ਜਿਹੜੇ ਵੀ ਪੰਜਾਬ ਦੇ ਹਿੱਤਾਂ ਨੂੰ ਪਿਆਰ ਕਰਦੇ ਔਰ ਪੰਜਾਬ ਦੇ ਹਿਤੈਸ਼ੀ ਆਮ ਆਦਮੀ ਪਾਰਟੀ ਦੇ ਵਰਕਰ ਵਲੰਟੀਅਰ ਨੇ, ਉਹ ਸਾਰੇ ਇਸ ਵੇਲੇ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਖੜ੍ਹੇ ਹੋਣ, ਸਪੋਰਟ ਕਰਨ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ। 2 ਅਗਸਤ ਨੂੰ ਹੋਣ ਵਾਲੀ ਬਠਿੰਡਾ 'ਚ ਜਿਹੜੀ ਇਹਨਾਂ ਦੀ ਕਨਵੈਨਸ਼ਨ ਹੈ ਉਹਨੂੰ ਸਾਰਥਕ ਬਣਾਓ, ਸੁਖਪਾਲ ਸਿੰਘ ਖਹਿਰਾ ਦਾ ਸਾਥ ਦਿਓ।